ਜੀ ਸਭ ਦਾ ਸਵਾਗਤ ਹੈ ਜੀ ਹਾਜ਼ਰਾਂ ਜੀ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ ਆਉਣ ਵਾਲੇ ਦਿਨਾਂ ਦੌਰਾਨ ਕਿਵੇਂ ਦਾ ਰਹੇਗਾ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਵਗੈਰਾ ਦਾ ਤੇ ਇਹ ਮੌਸਮ ਜਿਹੜਾ ਹੈ ਸਾਲ 2020 ਯਾਨੀ 2020 ਦੇ ਪਹਿਲੇ ਹਫ਼ਤੇ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੇ 1-2 ਦਿਨਾਂ ਦੇ ਦੌਰਾਨ ਖਦਸ਼ਾ ਮੌਸਮ ਬਦਲਦਾ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਕਿਰਪਾ ਕਰਕੇ ਇੱਕ ਬੇਨਤੀ ਹੈ ਕਿ ਪੱਟੀ ਦੇ ਉੱਪਰ ਜੋ ਇੱਕ ਬੇਨਤੀ ਕੀਤੀ ਗਈ ਹੈ ਉਸ ਵੱਲ ਜ਼ਰੂਰ ਗੌਰ ਕੀਤੀ ਜਾਵੇ। ਸੋ ਹੁਣ ਮੌਸਮ ਦੀ ਗੱਲਬਾਤ ਸਭ ਤੋਂ ਪਹਿਲਾਂ ਪੰਜਾਬ ਦਾ ਮੌਸਮ। ਪੰਜਾਬ ਦੇ ਵਿੱਚ 29 ਦਸੰਬਰ ਨੂੰ ਟੁੱਟਵੀਂ ਬੱਦਲਵਾਈ ਤੇ ਇਸ ਤੋਂ ਬਾਅਦ ਚ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਜੇਕਰ ਇਹ 3 ਜਨਵਰੀ ਤੋਂ 5 ਜਨਵਰੀ ਦੇ ਦੌਰਾਨ ਜਿਹੜੀ ਇਹ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਖਾਸ ਕਰਕੇ 5 ਤੇ 6 ਜਨਵਰੀ ਦੌਰਾਨ ਮੀਂਹ ਪੈ ਸਕਦਾ ਤੇ ਹੁਣ ਗੱਲ ਇਸ ਤੋਂ ਬਾਅਦ ਚ ਦਿੱਲੀ ਦੀ ਦਿੱਲੀ ਦੇ ਵਿੱਚ 6 ਜਨਵਰੀ 2020 ਨੂੰ ਜਿਹੜਾ ਉਹ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਹਰਿਆਣਾ ਦੇ ਵਿੱਚ ਜਿਹੜਾ ਮੌਸਮ ਹੈ ਉਹ ਵੀ ਕੁਝ ਅਜੀਹ ਹੈ ਪਰ ਪੰਜਾਬ ਨਾਲੋਂ ਘੱਟ ਚਾਂਸ ਨੇ ਹਰਿਆਣਾ ਦੇ ਬਹੁਤੇ ਭਾਗਾਂ ਦੇ ਵਿੱਚ ਮੀਂਹ ਪੈਣ ਦੇ ਖਾਸ ਕਰਕੇ 5 ਜਨਵਰੀ ਦੌਰਾਨ ਹਰਿਆਣਾ ਦੇ ਵਿੱਚ 6 ਤੇ 7 ਜਨਵਰੀ ਦੌਰਾਨ ਜਿਹੜੀ ਹੈ ਉਹ ਮੀਂਹ ਦੀ ਇੱਕ ਸੰਭਾਵਨਾ ਜੀ ਲੱਗ ਰਹੀ ਹੈ ਬਾਕੀ ਤੁਸੀਂ ਨਾਲ-ਨਾਲ ਜਿਹੜਾ ਉਹ ਨਕਸ਼ਾ ਵੀ ਵੇਖ ਰਹੇ ਹੋ ਕਿਵੇਂ ਜਿਹੜਾ ਸਮੁੰਦਰ ਦੇ ਵਿੱਚ ਇੱਕ ਚੱਕਰਵਾਜ ਬਣਿਆ ਹੋਇਆ ਤੇ ਭਾਰਤ ਦੇ ਉੱਤਰੀ ਸਾਈਡ ਵੱਲੋਂ ਜਿਹੜੀ ਇਹ ਹੇਠਾਂ ਵੱਲ ਨੂੰ ਉੱਤਰ ਤੋਂ ਦੱਖਣ ਵੱਲ ਨੂੰ ਤੇ ਉੱਤਰ ਤੋਂ ਪੂਰਬ ਵੱਲ ਨੂੰ ਜਿਹੜੀਆਂ ਹਵਾਵਾਂ ਦਾ ਦਬਾਅ ਹੌਲੀ-ਹੌਲੀ ਸਰਕਰਿਆ ਜਿਸ ਦੇ ਕਾਰਨ ਖਾਸ ਕਰ 5-6 ਜਨਵਰੀ ਦੌਰਾਨ ਜਿਹੜਾ ਉਮੀ ਪੈ ਸਕਦਾ ਹੈ ਰਾਜਸਥਾਨ ਦੇ ਵਿੱਚ ਵੀ ਜਿਹੜਾ ਮੌਸਮੇ ਉਹ 6 ਜਨਵਰੀ ਨੂੰ ਜਿਹੜੀ ਟੁੱਟਵੀਂ ਬੱਦਲਬਾਈ ਤੇ ਕਿਤੇ ਕਿਤੇ ਸੰਘਣੀ ਬੱਦਲਬਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਗੱਲ ਹਿਮਾਚਲ ਪ੍ਰਦੇਸ਼ ਦੀ ਤੇ ਜੰਮੂ ਦੀ ਹਿਮਾਚਲ ਪ੍ਰਦੇਸ਼ ਵਿੱਚ 27 29 30 31 ਦਸੰਬਰ ਦੌਰਾਨ ਭਾਰੀ ਬਰਫਵਾਰੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਅਜਿਹਾ ਹੀ ਮੌਸਮ ਜਿਹੜਾ ਜੰਮੂ ਤੇ ਕਸ਼ਮੀਰ ਦਾ ਹੈ ਜਿੱਥੇ ਭਾਰੀ ਬਰਫਵਾਰੀ ਨਾਲ 2-4 ਹੋਣਾ ਪੈ ਸਕਦਾ ਹੈ ਉਥੋਂ ਦੇ ਨਾਗਰਿਕਾਂ ਨੂੰ ਤੇ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਹੈ ਉਹ ਕਾਫੀ ਜਿਆਦਾ ਜਿਹੜੀ ਲਗਭਗ ਉਹ ਵੀ 5 ਤੇ 6 ਜਨਵਰੀ ਦੌਰਾਨੀ ਮਹਿਸੂਸ ਹੋ ਰਹੀ ਏ ਸੋ ਜਿਹੜੇ ਕਿਸਾਨ ਵੀਰ ਨੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਉਹ ਆਪਣੀਆਂ ਫਸਲਾਂ ਨੂੰ ਜਿਹੜਾ ਪਾਣੀ ਵਗੈਰਾ ਲਾਉਣ ਦਾ ਪ੍ਰਬੰਧ ਏ ਜਾਂ ਫਿਰ ਆਲੂਆਂ ਦੀ ਫਸਲ ਜਿਵੇਂ ਕੋਹਰੇ ਨਾਲ ਕਈ ਵਾਰੀ ਖਰਾਬ ਹੋ ਜਾਂਦੀ ਏ ਸੋ ਥੋੜਾ ਇਧਰ ਜ਼ਰੂਰ ਧਿਆਨ ਦੇਣ ਤੇ ਸਮੇਂ-ਸਮੇਂ ਦੇ ਉੱਪਰ ਆਲੂਆਂ ਦੀ ਫਸਲ ਨੂੰ ਜਿਹੜੇ ਫੰਗੀ ਸਾਈਡ ਨੇ ਜਿਹੜੇ ਉਲੀ ਨਾਸ਼ਕ ਚੌਲ ਸੜੋਗ ਤੋਂ ਬਚਾਉਣ ਲਈ ਜਿੱਦਾਂ ਐਮ 45 ਜਾਂ ਫਿਰ ਜਿਹੜੀ ਇਸ ਤੋਂ ਇਲਾਵਾ ਜੈਡ 78 ਐਂਟਰਾ ਕੋਲ ਵਗੈਰਾ ਜਿਹੜੀਆਂ ਨੇ ਇਹਨਾਂ ਦੀ ਸਪਰੇਅ ਕਰ ਸਕਦੇ ਨੇ ਖੇਤੀ ਮਿਹਰਾਂ ਦੀ ਰੇ ਲੈ ਕੇ ਸੋ ਦੋਸਤੋ ਦਿਓ ਆਪਣੇ ਦੋਸਤ ਸਾਹਿਬ ਵਿਰਕ ਨੂੰ ਇਜਾਜ਼ਤ ਬਹੁਤ ਬਹੁਤ ਧੰਨਵਾਦ